लो जी हुण इंतजार होया खत्म। टेलीविजन फिल्म जो कि जल्द ही 24 जून नू रिलीज होने वाली है उसका दूसरा गीत सागा म्यूजिक कंपनी दे वलो हुण दर्शकां दे रूबरू कर दिता गया। सब तो पहला तां थानू इस गीत दे बारे थोड़ी जी जानकारी दे दिंदे आ। इस गीत नू गाया है खुद अपनी बेहतरीन ते बाकमाल गायकी दे नाल कुलविंदर बिल्ला ने ते खुद ही अपनी बेमिसाल एक्टिंग कुलविंदर बिल्ला दे वलो इस गीत दे विच कीती गई है, जिस दे विच कुलविंदर बिल्ला दा साथ दिता है पंजाबी अदाकारा मेंडी तखर ने। इस गीत दे विच फिल्म दे बारे ज्यादा जानकारी तो नहीं मिलती पर यह देखा जरूर जा सकता है कि घर दे विच व्याह वाला माहौल बनिया होया। मेंडी तखर दे अत्तां दे विच मेहंदी रचाई जा रही है। इस वीडियो दे विच देखा जा सकता है कि कुलविंदर बिल्ला ते मेहंदी तखर लावा लेंदे हुए नजर आ रहे ने। घर दे विच पूरा व्याह वाला माहौल बना होया ਤੇ ਉਧਰ ਪਤਾ ਨਹੀਂ ਹਾਂ ਦੀ ਇਸ ਗੀਤ ਦਾ ਨਾਮ ਹੈ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਾਗਾ ਸਟੂਡੀਓ ਦੇ ਵੱਲੋਂ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਇਹ ਗੀਤ ਬਹੁਤ ਹੀ ਘੱਟ ਸਮੇਂ ਦੇ ਵਿੱਚ ਮਿਲੀਅਨ ਵਿਊਜ਼ ਪ੍ਰਾਪਤ ਕਰ ਚੁੱਕਿਆ। ਜੇਕਰ ਗੱਲ ਕਰੀਏ ਪਿਛਲੇ 2 ਘੰਟਿਆਂ ਦੀ ਤਾਂ 2 ਘੰਟਿਆਂ ਦੇ ਅੰਦਰ 10 ਮਿਲੀਅਨ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ। ਜਿੱਥੇ ਆਪਣੇ ਬਾਕਮਾਲ ਗਾਇਕੀ ਦੇ ਨਾਲ ਹਰ ਵਾਰ ਕੁਲਵਿੰਦਰ ਬਿੱਲਾ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਲੈਂਦੇ ਨੇ, ਉੱਥੇ ਹੀ ਇਸ ਵਾਰ ਵੀ ਆਪਣੀ ਆਵਾਜ਼ ਦਾ ਜਾਦੂ ਚਲਾਉਂਦੇ ਹੋਏ ਕੁਲਵਿੰਦਰ ਬਿੱਲਾ ਪਿੱਛੇ ਨਹੀਂ ਹਟੇ। ਇਸ ਗੀਤ ਦੇ ਜ਼ਰੀਏ ਸਾਨੂੰ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਰੋਮਾਂਟਿਕ ਸਾਈਡ ਵੀ ਦੇਖਣ ਨੂੰ ਮਿਲੇਗੀ। ਬੇਹੱਦ ਹੀ ਰੋਮਾਂਟਿਕ ਗੀਤ ਇਹ ਦੇਖਣ ਨੂੰ ਨਜ਼ਰ ਆ ਰਿਹਾ ਹੈ। ਸੋ ਇੱਥੇ ਇਹ ਵੀ ਦੱਸ ਦਈਏ ਕਿ ਟੈਲੀਵਿਜ਼ਨ ਮੂਵੀ ਦੇ ਬਾਰੇ ਕੁਝ ਖਾਸ ਤਾਂ ਪਤਾ ਨਹੀਂ ਲੱਗਿਆ ਹੈ, ਪਰ ਉਸ ਦੇ ਵਿੱਚ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮੂਵੀ ਇਮੋਸ਼ਨਸ ਦਾ ਫੁੱਲ ਪੈਕੇਜ ਹੈ। ਜਿੱਥੇ ਫਿਲਮ ਇੱਕ ਅਸਲ ਪਿਆਰ ਤੇ ਦਰਸਾਈ ਗਈ ਹੈ, ਉੱਥੇ ਹੀ ਇਹ ਸਾਨੂੰ ਉਸ ਪੁਰਾਣੀਆਂ ਯਾਦਾਂ ਦੇ ਵਿੱਚ ਵੀ ਲੈ ਜਾਂਦੀ ਹੈ ਜਦੋਂ ਟੈਲੀਵਿਜ਼ਨ ਵੇਖਣ ਦੇ ਲਈ ਘਰ ਘਰ ਵਿੱਚ ਪੁਆੜੇ ਪੈਂਦੇ ਸਨ। ਘਰ ਘਰ ਦੇ ਵਿੱਚ ਪੁਆੜੇ ਦੇਖਣ ਨੂੰ ਮਿਲਦੇ ਸੀ, ਉਸ ਸਮੇਂ ਦੀਆਂ ਯਾਦਾਂ ਇਸ ਮੂਵੀ ਦੇ ਵਿੱਚ ਤਾਜ਼ਾ ਕੀਤੀਆਂ ਗਈਆਂ ਨੇ। ਅੱਜ ਦੇ ਸਮੇਂ ਦੇ ਵਿੱਚ ਤਾਂ ਲੋਕ ਟੈਲੀਵਿਜ਼ਨ ਨੂੰ ਭੁੱਲਦੇ ਹੀ ਜਾ ਰਹੇ ਨੇ, ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਫਿਲਮ ਇੱਕ ਵਾਰ ਫਿਰ ਤੋਂ ਲੋਕਾਂ ਦਾ ਟੈਲੀਵਿਜ਼ਨ ਪ੍ਰਤੀ ਪਿਆਰ ਜ਼ਰੂਰ ਜਗਾ ਦੇਵੇਗੀ ਅਤੇ ਨਾਲ ਹੀ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਵੀ ਬਣਾਉਣ ਦੇ ਵਿੱਚ ਫਿਲਮ ਪੂਰੀ ਤਰ੍ਹਾਂ ਕਾਮਯਾਬ ਹੋਵੇਗੀ। ਫਿਲਮ ਦੀ ਸਟਾਰ ਕਾਸਟ ਨੇ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਵੀ ਕੀਤੀ ਹੈ। ਸੋ ਜਲਦ ਹੀ ਫਿਲਮ 24 ਜੂਨ ਨੂੰ ਵੱਡੇ ਪਰਦੇ ਤੇ ਐਚੋ ਦੇਖਣ ਨੂੰ ਮਿਲੇਗੀ। ਫਿਲਹਾਲ ਜੇਕਰ ਤੁਸੀਂ ਇਸ ਫਿਲਮ ਦਾ ਦੂਸਰਾ ਗਾਣਾ ਨਹੀਂ ਸੁਣਿਆ ਤਾਂ ਤੁਸੀਂ ਹੁਣੇ YouTube ਤੇ ਜਾ ਕੇ ਸਰਚ ਕਰ ਸਕਦੇ ਹੋ ਤੇ ਗਾਣੇ ਨੂੰ ਸੁਣ ਸਕਦੇ ਹੋ ਤੇ ਸਾਨੂੰ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਟੈਲੀਵਿਜ਼ਨ ਫਿਲਮ ਦਾ ਦੂਜਾ ਗੀਤ ਕਿਉਂ ਜਾ ਲੱਗਿਆ।